ਕੋਈ ਨਹੀਂ ਥਾਪਾ ਆਇਆ ਚੰਗੀ ਗੱਲ ਹੈ ਹਾਂ ਚੰਗੀ ਗੱਲ ਹੈ ਜਾਮ ਜੂਮ ਘੜੀ ਜਾਂਦਾ ਅੱਛਾ ਤੇ ਪਹਿਲਾਂ ਇੱਥੇ ਤੁਸੀਂ ਮੈਟਾਡੋਰਾਂ ਜਿਹੜੀਆਂ ਉਹ ਲਖੜਾਉਂਦੀ ਨਹੀਂ ਆਈ ਹੁਣ ਕਿਹੜੀ ਘੜੀ ਨਹੀਂ ਇਹ ਅੱਗੇ ਲੱਗਦੀਆਂ ਥਾਪਾ ਹਾਵਰ ਗੇਦੇ ਉੜੀ ਦਾ ਥੋੜੇ ਜਿਹਾ ਰੁਕ ਲੈਣਾ ਨਹੀਂ ਨੰਦ ਕਹਦਾ ਵੱਜਣਾ ਹੁਣ ਥੋੜੇ ਕੋਈ ਜੀਵਲ ਪੁੱਛਦਾ ਭਾਈ ਤੋਂ ਗੱਡੀ ਕੀ ਰੋਕਦੇ ਹੋ ਕੀ ਅਸੀਂ ਆਪਣਾ ਲੱਡੂ ਪੰਡੇ ਸਿਰ ਥਾਪਾ ਦੀ ਟ੍ਰਾਂਸਫਰ ਦੀ ਖਬਰ ਆਈ ਤੋਂ ਹੈ ਸਰ ਇੱਥੇ ਕੋਈ ਨਹੀਂ ਸੁਣਿਆ ਨਹੀਂ ਕੋਈ ਲੱਡੂ ਨਹੀਂ ਪੰਡੇ ਨਾ ਜੀਵਲ ਦਾ ਬਿਅਸਤ ਚੌਕ ਤੁਸੀਂ ਦੇਖਾ ਕਰਦੇ ਹੋ ਗੱਡੀਆਂ ਦੀ ਆਮ ਤੌਰ ਆਫ ਇੱਥੇ ਬੜੀ ਮਤੀ ਹੁੰਦੀ ਪਰ ਅੱਜ ਤੋਂ ਦੇਖਾ ਕਰਦੇ ਹੋ ਮੈਟਾਡੋਰਾਂ ਇੱਥੇ ਖੜੋਈ ਚੁੱਕੀ ਦੀਆਂ ਹਨ ਔਰ ਲੋਕ ਵੀ ਜਿਹੜੇ ਨੇ ਇੱਥੇ ਖੜੋਤੇ ਦੇ ਨੇ ਵੈਰੀਕੇਟ ਜਿਹੜੇ ਨੇ ਹੁਣ ਲੱਗੇ ਦੇ ਨੇ ਔਰ ਆਖਦੇ ਨੇ ਲੋਕ ਆਖਾ ਕਰਦੇ ਨੇ ਕਿ ਇਹ ਵੈਰੀਕੇਟ ਗਿਆ ਇੱਥੇ ਟ੍ਰੈਫਿਕ ਵਿਵਸਥਾ ਜਿਹੜੀ ਸੁਚਾਰੂ ਰੂਪ ਕਰਨਾ ਇਹ ਚਲਾ ਕਰਦੀ ਪਰ ਜਿਸ ਦਿਨ ਦਾ ਥਾਪਾ ਸਾਹਿਬ ਦਾ ਇੱਥੋਂ ਤਬਾਦਲਾ ਹੋਇਆ ਮੈਟਾਡੋਰਾਂ ਵੀ ਇੱਥੇ ਖੜੋਣ ਲੱਗੀ ਪਈਆਂ ਲੋਕ ਵੀ ਇੱਥੇ ਖੜੋਣ ਲੱਗੀ ਪਏ ਦੇ ਨੇ ਸਾਹਮਣੇ ਪੁਲਿਸ ਦੀ ਗੱਡੀ ਲੱਗੀ ਦੀ ਹੈ ਪਰ ਬਾਵਜੂਦ ਇਹਦੇ ਮੈਟਾਡੋਰਾਂ ਦਾ ਜਿਹੜਾ ਇੱਥੇ ਖੜੋਣਾ ਉਹ ਲਗਾਤਾਰ ਜਾਰੀ ਹੈ ਸਮਾਂ ਐਸਾ ਇਸ ਵੇਲੇ ਕੀ ਕਿ ਦਿਨ ਘਰੋਆ ਕਰਦਾ ਹੈ ਇਸ ਵਾਸਤੇ ਤੁਸੀਂ ਇਹ ਲੱਗਾ ਕਰਦਾ ਹੋਣਾ ਕਿ ਇੱਥੇ ਕੋਈ ਜਾਮ ਦੀ ਜਿਹੜੀ ਸਥਿਤੀ ਹੈ ਉਹ ਨਹੀਂ ਬਣੀ ਦੀ ਹੈ ਪਰ ਜਿਸ ਵੇਲੇ ਜਾਮ ਦੀ ਸਥਿਤੀ ਬਣਨੀ ਹੈ ਜਿਸ ਲੋਕਾਂ ਦਾ ਆਉਣਾ ਜਾਣੇ ਦਾ ਫਲੋ ਜਿਹੜਾ ਹੈ ਬੜਾ ਮਤਾ ਇੱਥੇ ਹੋਣਾ ਹੈ ਅਤੇ ਜਾਮ ਦੀ ਸਥਿਤੀ ਹੁਣ ਬਣਨੀ ਕਿ ਬਣਨੀ ਹੈ ਕੀ ਕਿ ਗੱਡੀਆਂ ਦਾ ਜਿਸ ਵੇਲੇ ਖੜੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਜਾਮ ਦੀ ਸਥਿਤੀ ਇਸ ਜੀਵਲ ਚੌਕ 'ਚ ਲਗਾਤਾਰ ਬਣੀ ਦੀ ਰਹਿੰਦੀ ਹੈ ਕੀ ਕਿ ਚੌਕ ਹੈ ਚੌਣੇ ਬੱਕੀਆਂ ਦਾ ਗੱਡੀਆਂ ਦਾ ਆਉਣਾ ਜਾਣਾ ਇੱਥੇ ਲੱਗੇਦਾ ਰਹਿੰਦਾ ਹੈ ਪਰ ਥਾਪਾ ਸਾਹਿਬ ਦੀ ਇੱਕ ਗੱਲ ਤਾਂ ਜ਼ਰੂਰ ਹੀ ਪਰ ਜਿਸ ਪੁਆਇੰਟ ਉੱਪਰ ਵੀ ਉਹ ਖੜੋਂਦੇ ਇਸ ਹਿਸਾਬ ਦੀਆਂ ਗੱਡੀਆਂ ਜਾਂ ਮੈਟਾਡੋਰਾਂ ਦਾ ਖੜੋਣਾ ਜਿਹੜਾ ਹੈ ਉਹ ਮੁਸ਼ਕਲ ਹੋਈ ਜਾਂਦਾ ਹੁੰਦਾ ਕੀ ਕਿ ਮੈਟਾਡੋਰ ਵਾਲੇ ਦੂਰਾਂ ਗਾ ਦਿਖੀ ਲੈਂਦੇ ਕਿ ਥਾਪਾ ਸਾਹਿਬ ਖੜੋਤੇ ਦੇਣ ਗੱਡੀ ਜਿਹੜੀ ਹੈ ਉਹ ਸੜਕਾਂ ਉੱਪਰ ਇੱਥੇ ਚੱਲਦੀ ਲੱਭਦੀ ਹੀ ਖੜੋਂਦੀ ਲੱਭਦੀ ਨਹੀਂ ਹੈ ਪਰ ਕਿਆ ਇੱਕ ਇਨਸਾਨ ਦੇ ਇੱਕ ਕਰਮਚਾਰੀ ਦੇ ਇੱਕ ਅਧਿਕਾਰੀ ਦੇ ਤਬਾਦਲੇ ਦੇ ਬਾਅਦ ਇਹ ਜਿਹੜੀ ਸਥਿਤੀ ਬਣਨ ਲੱਗੀ ਹੈ ਕਿਆ ਇਹ ਠੀਕ ਹੈ ਕਿਸ ਲੋਕਾਂ ਦਾ ਤਾਂ ਇਹ ਵੀ ਕਰਾਉਣਾ ਹੈ ਕਿ ਥਾਪਾ ਸਾਹਿਬ ਦੀ ਟ੍ਰਾਂਸਫਰ ਜਿਹੜੀ ਹੈ ਉਹ ਕਰਵਾਈ ਦਿੱਤੀ ਗਈ ਹੈ ਪਰ ਕਈਆਂ ਦਾ ਇਹ ਵੀ ਆਖਣਾ ਕਿ ਉਹਨੇ ਕੀ ਪਹਿਲਾਂ ਗਾ ਜਿਹੜੀ ਉਹਦੀ ਟ੍ਰਾਂਸਫਰ ਸੀ ਉਹ ਇੱਥੋਂ ਹੋਈ ਚੁੱਕੀ ਦੀ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਅਗਰ ਕੋਈ ਅਧਿਕਾਰੀ ਅਗਰ ਕੋਈ ਕਰਮਚਾਰੀ ਟ੍ਰੈਫਿਕ ਕੀ ਸੁਚਾਰੂ ਰੂਪ ਕਰਨਾ ਚਲਾ ਕਰਦਾ ਹੈ ਜਾਂ ਟ੍ਰੈਫਿਕ ਵਿਵਸਥਾ ਕੀ ਸੁਧਾਰਾ ਕਰਦਾ ਹੈ ਅਤੇ ਉਸ ਦਾ ਤਬਾਦਲਾ ਕਰੀਏ ਟ੍ਰੈਫਿਕ ਜਾਮ ਲਵਾਉਣਾ ਵੀ ਨਿੱਘੀ ਨਹੀਂ ਲੱਗਦਾ ਕਿ ਕੋਈ ਇਹ ਬੜੀ ਉਚਿਤ ਗੱਲ ਹੈ ਕੀ ਕਿ ਸਰਕਾਰੀ ਨੌਕਰੀ 'ਚ ਤਬਾਦਲਾ ਇੱਕ ਆਮ ਗੱਲ ਹੈ ਤਬਾਦਲੇ ਹੁੰਦੇ ਨੇ ਪਰ ਅਗਰ ਕੋਈ ਅਧਿਕਾਰੀ ਕੰਮ ਸ਼ੈਲ ਕਰਾ ਕਰਦਾ ਹੈ ਕੋਈ ਸ਼ਿਕਾਇਤ ਨਹੀਂ ਹੈ ਟ੍ਰੈਫਿਕ ਵਿਵਸਥਾ ਤੁਸੀਂ ਕੀ ਪਤਾ ਬਈ ਜੰਮੂ ਸ਼ਹਿਰਾਂ 'ਚ ਜਾਮ ਦੀ ਸਥਿਤੀ ਜਿਹੜੀ ਹੈ ਹਰ ਚੌਕ ਚੁਰਾਏ ਹਰ ਸੜਕਾਂ ਉੱਪਰ ਬਣੀ ਦੀ ਘਿਰਾਉਂਦੀ ਹੈ ਪਰ ਅਗਰ ਕੋਈ ਕੰਮ ਸ਼ੈਲ ਕਰਾ ਕਰਦਾ ਹੈ ਉਸੀ ਤਬਾਦਲਾ ਕਰਨਾ ਜਾਂ ਕੁਦੈ ਹੋਰ ਭੇਜਣਾ ਮਿਗੀ ਨਹੀਂ ਲੱਗਦਾ ਹੈ ਕਿ ਬੜੀ ਸ਼ੈਲ ਗੱਲ ਹੈ ਪਰ ਦੇਖਣੇ ਆ ਆਉਣ ਵਾਲੇ ਸਮੇਂ 'ਚ ਜੰਮੂ ਦੀ ਜਿਹੜੀ ਇਹ ਕੈਨਾਲ ਰੋਡ ਹੋਈ ਆ ਜੀਵਲ ਹੋਈ ਆ ਜਾਂ ਇਹਦੇ ਕੰਨਾਂ ਲੱਗਦੇ ਏਰੀਏ ਹੋਈ ਹਨ ਕੀ ਕਿ ਅਗਰ ਸਾਰੇ ਕੋਲ ਮਤਾ ਜਾਮ ਲੱਗਦਾ ਹੈ ਤਾਂ ਇਹ ਬੱਸ ਸਟੈਂਡ ਦਾ ਏਰੀਆ ਜਾਂ ਇਕੜਾ ਏਰੀਆ ਜਾਂ ਨਹਿਰਾਂ ਵਾਲੇ ਏਰੀਏ ਉੱਪਰ ਗਏ ਮਤਾ ਜਾਮ ਲੱਗਦਾ ਹੈ ਪਰ ਅੱਜ ਤੋਂ ਦੇਖਾ ਕਰਦੇ ਹੋ ਕਿ ਨਹਿਰਾਂ ਉੱਪਰ ਵੀ ਲਗਾਤਾਰ ਜਾਮ ਲੱਗਦਾ ਹੈ ਅਤੇ ਬੱਸ ਸਟੈਂਡ ਦੀ ਬੱਕੀ ਦਾ ਵੀ ਜਾਮ ਦੀ ਜਿਹੜੀ ਸਥਿਤੀ ਹੈ ਲਗਾਤਾਰ ਬਣਾ ਕਰਦੀ ਹੈ ਔਰ ਇਹ ਤੁਸੀਂ ਦੇਖਾ ਕਰਦੇ ਹੋ ਕਿ ਜੀਵਲ ਚੌਕ ਦਾ ਦ੍ਰਿਸ਼ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਇੱਥੇ ਜਿਹੜੀ ਸਥਿਤੀ ਲੱਭਣੀ ਹੈ ਉਹ ਤੁਸੀਂ ਵੀ ਜਾਣਦੇ ਹੋ ਮਿਮੀ ਜਾਣਨਾ ਪਰ ਗੱਲ ਇਹ ਹੈ ਕਿ ਜਿਹੜੇ ਅੱਛੇ ਅਧਿਕਾਰੀ ਨੇ ਇਮਾਨਦਾਰ ਅਧਿਕਾਰੀ ਨੇ ਉਹਨੇ ਕੀ ਕੰਮ ਕਰਨ ਦੇਣਾ ਚਾਹੀਦਾ।